ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਲੈ ਕੇ ਆਏ ਹਾਂ 14, 15, 16, 17, 18 ਫਰਵਰੀ ਦੇ ਕਰੰਟ ਅਫੇਅਰਸ। ਤਾਂ ਇਹਨਾਂ 'ਤੇ ਬੇਸਡ ਹੀ ਇੱਕ ਕੱਲ੍ਹ ਕੁਐਸਚਨਸ ਤੁਹਾਨੂੰ ਉਹਦੀ ਵੀਡੀਓ ਪਾਵਾਂਗੇ, ਇੱਕ 25 ਤੋਂ 30 ਦੇ ਕਰੀਬ ਕੁਐਸਚਨਸ ਹੋਣਗੇ ਇਹਨਾਂ 'ਤੇ ਬੇਸਡ ਹੀ, MCQ ਟਾਈਪ। ਤਾਂ ਸਟਾਰਟ ਕਰਦੇ ਹਾਂ ਪਹਿਲਾਂ ਅੱਜ ਦਾ ਕੰਮ। ਦੁਬਈ ਨੇ ਵਰਲਡ ਗੌਰਮੈਂਟ ਸਮਿਤੀ ਜਿਹੜੀ 2024 ਹੋਈ ਹੈ ਉਹਦੇ ਵਿੱਚ ਦੁਨੀਆ ਦੀ ਪਹਿਲੀ ਏਅਰ ਟੈਕਸੀ ਬਾਰੇ ਗੱਲ ਕਹੀ ਹੈ ਵੀ ਉਹ ਦੁਨੀਆ ਦੀ ਪਹਿਲੀ ਏਅਰ ਟੈਕਸੀ ਬਣਾਉਣਗੇ ਜਿਹੜੀ ਕਿ 2026 ਤੱਕ ਬਣ ਜੂਗੀ, ਜਿਹਦਾ ਨਾਮ ਹੈ ਜੌਬੀ ਏਵੀਏਸ਼ਨ S4। ਇਹਦੀ ਖਾਸੀਅਤ ਹੈ ਬਿਨਾਂ ਆਵਾਜ਼ ਅਤੇ ਬਿਨਾਂ ਧੂਏ ਤੋਂ ਚੱਲੂਗੀ। ਦੂਸਰਾ ਕੁਐਸਚਨ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ UAE ਦੇ ਦੌਰੇ 'ਤੇ ਗਏ ਨੇ 2 ਦਿਨ ਦੇ 'ਤੇ। UAE ਦੇ ਰਾਸ਼ਟਰਪਤੀ ਦਾ ਨਾਮ ਕੀ ਹੈ? ਮੁਹੰਮਦ ਬਿਨ ਜ਼ਾਇਦ ਅਲ ਨਹਾਂ। 14 ਫਰਵਰੀ ਨੂੰ ਪੁਲਵਾਮਾ ਦਾ ਜਿਹੜਾ ਅੱਤਵਾਦੀ ਹਮਲਾ ਹੋਇਆ ਸੀ ਉਹਦੀ 5ਵੀਂ ਸਾਲਗਿਰਾ ਹੈ, 5 ਸਾਲ ਹੋ ਗਏ ਇਸ ਗੱਲ ਨੂੰ। ਟ੍ਰਿਨੀਦਾਦ ਐਂਡ ਟਬੈਗੋ, ਇੱਥੇ ਨੈਸ਼ਨਲ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਕਾਹਦੇ ਕਰਕੇ? ਤੇਲ ਦੀ ਖਰਾਬੀ ਦੇ ਕਾਰਨ, ਸਮੁੰਦਰ ਦੇ ਵਿੱਚ ਉਹਨਾਂ ਦਾ ਜਿਹੜਾ ਤੇਲ ਹੈ ਉਹ ਖਰਾਬ, ਉਹਦੀ ਬਹੁਤ ਜ਼ਿਆਦਾ ਬਰਬਾਦੀ ਹੋਈ ਹੈ, ਇਸਦੇ ਕਾਰਨ ਨੈਸ਼ਨਲ ਐਮਰਜੈਂਸੀ ਉੱਥੇ ਲਗਾ ਦਿੱਤੀ ਗਈ ਹੈ। ਅਗਲਾ ਕੁਐਸਚਨ ਹੈ, ਓਫੀਸ਼ੀਅਲ ਸਟੇਟ ਫਰੂਟ ਆਫ ਅਸਾਮ, ਅਸਾਮ ਦਾ ਨੈਸ਼ਨਲ ਫਰੂਟ ਕਿਹੜਾ ਹੈ? ਉਹਦਾ ਨਾਮ ਹੈ ਕਾਜੀ ਨਿੰਬੂ, ਇੱਕ ਨਿੰਬੂ ਜਾਤੀ ਦਾ ਫਰੂਟ ਹੈ। ਅਗਲਾ ਹੈਗਾ, ਰਿਲਾਇੰਸ ਨੇ 20 ਲੱਖ ਕਰੋੜ ਦੀ ਮਾਰਕੀਟ ਕੈਪ ਮਾਈਲਸਟੋਨ ਪ੍ਰਾਪਤ ਕਰ ਲਈ ਹੈ। ਨੈਕਸਟ ਹੈ, ਵਨ ਨੇਸ਼ਨ ਵਨ ਸਟੂਡੈਂਟ ID ਕਾਰਡ, ਇਹਦੀ ਗੱਲ ਕਹੀ ਗਈ ਹੈ। ਕਿੱਥੇ ਗੱਲ ਕਹੀ ਹੈ? ਨੈਸ਼ਨਲ ਕਾਨਫਰੰਸ ਔਨ ਅਪਾਰ, ਇਹ ਹੋਈ ਹੈ ਨੈਸ਼ਨਲ ਕਾਨਫਰੰਸ ਔਨ ਅਪਾਰ। ਅਤੇ ਅਪਾਰ ਕੀ ਹੈ? ਫੁੱਲ ਫੋਰਮ ਆਟੋਮੈਟਿਡ ਪਰਮਾਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ, ਵੀ ਪੱਕੀ ਅਕਾਊਂਟ ਰਜਿਸਟਰੀ ਬਣਾਉਣੀ। ਕਿਹਨੇ ਗੱਲ ਕਹੀ ਹੈ ਇਹਦੇ ਬਾਰੇ? ਧਰਮਿੰਦਰ ਪ੍ਰਧਾਨ, ਇਹ ਕੌਣ ਨੇ? ਯੂਨੀਅਨ ਮਿਨਿਸਟਰ ਆਫ ਐਜੂਕੇਸ਼ਨ, ਐਜੂਕੇਸ਼ਨ ਮਿਨਿਸਟਰ ਨੇ ਸੈਂਟਰ ਦੇ ਵਿੱਚ। ICAI ਫੁੱਲ ਫਾਰਮ ਕੀ ਹੈ? ਦਾ ਇੰਸਟੀਟਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ। ਇਹਦੇ ਨਵੇਂ ਪ੍ਰੈਜੀਡੈਂਟ ਕੌਣ ਨੇ? CA ਰਣਜੀਤ ਕੁਮਾਰ ਅਗਰਵਾਲ, ਵਾਈਸ ਪ੍ਰੈਜੀਡੈਂਟ ਹੈਗੇ ਚਰਨਜੋਤ ਸਿੰਘ ਨੱਡਾ। ICC ਮੈਨਸ ਪਲੇਅਰ ਆਫ ਦਾ ਮੰਥ ਜਨਵਰੀ ਦੇ ਕੱਢੇ ਨੇ, ਕੌਣ ਹੈ? ਸੈਮਰ ਜੋਸਫ, ਕਿੱਥੇ ਦੇ ਨੇ? ਵੈਸਟ ਇੰਡੀਜ਼। ICC ਵੁਮੈਨ ਪਲੇਅਰ ਆਫ ਦਾ ਮੰਥ ਕੌਣ ਹੈ? ਐਮੀ ਹੰਟਰ ਆਇਰਲੈਂਡ। ਨੈਕਸਟ ਹੈ ਜੀ, GPL ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਗੋਕੁਲਧਾਮ ਪ੍ਰੀਮੀਅਰ ਲੀਗ ਨਹੀਂ ਹੈਗੀ ਇਹ ਤਾਰਕ ਮਹਿਤਾ ਵਾਲੀ, ਇਹ ਹੈਗੀ ਗਾਂਧੀ ਨਗਰ ਪ੍ਰੀਮੀਅਰ ਲੀਗ। ਇਹਦੀ ਇਨੋਗਰੇਸ਼ਨ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕੀਤੀ ਹੈ। ਸੁਪਰੀਮ ਕੋਰਟ ਨੇ, ਅਗਲਾ ਕੁਐਸਚਨ ਹੈ, ਸੁਪਰੀਮ ਕੋਰਟ ਨੇ ਇਲੈਕਟ੍ਰੀਕਲ ਬੌਂਡਸ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ Article 14 ਦੇ ਤਹਿਤ। ਅਗਲਾ ਕੁਐਸਚਨ ਹੈ, 16ਵੇਂ ਫਾਈਨਾਂਸ ਕਮਿਸ਼ਨ, ਇਹ ਆਪਾਂ ਪਹਿਲਾਂ ਵੀ ਕਰ ਲਿਆ, 16ਵੇਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਕੌਣ ਨੇ? ਅਰਵਿੰਦ ਪਨਘਰੀਆ। ਇਹਨਾਂ ਦੇ ਹੁਣ ਮਤਲਬ ਇਹਨਾਂ ਦੀ ਮੀਟਿੰਗ ਹੋਈ ਹੈ, ਫਸਟ ਮੀਟਿੰਗ ਹੋਈ ਹੈ, 4 ਮੈਂਬਰ ਨੇ, ਉਹਨਾਂ ਦੇ ਆਪਾਂ ਨਾਮ ਪਹਿਲਾਂ ਡਿਸਕਸ ਕਰ ਚੁੱਕੇ ਸੀਗੇ। ਇਹ ਫਾਈਨਾਂਸ ਮਿਨਿਸਟਰੀ ਕਮਿਸ਼ਨ ਹੈ ਜਿਹੜਾ, ਇਹ Article 280 ਦੇ ਤਹਿਤ ਹੈ। ਅਗਲਾ ਹੈਗਾ ਮਿਲਕੀ ਵੇ ਟੈਬਲੇਟ,
ਇਹ ਕਿਹਨੇ ਲਾਂਚ ਕੀਤੀ ਹੈ? ਦਾ ਐਪਿਕ ਫਾਊਂਡੇਸ਼ਨ ਦੇ ਦੁਆਰਾ। ਅਗਲਾ ਕੁਐਸਚਨ ਹੈ, ਸਾਊਦੀ ਅਰੇਬੀਆ ਨੇ ਪਹਿਲੀ ਲਗਜ਼ਰੀ ਟ੍ਰੇਨ ਜਿਹਦਾ ਨਾਮ ਹੈ ਡ੍ਰੀਮ ਆਫ ਦਾ ਡੈਜ਼ਰਟ ਮਿਡਲ ਈਸਟ ਦੇ ਵਿੱਚ ਲਾਂਚ ਹੋਣੇ ਵਾਲੀ ਪਹਿਲੀ ਇਹ ਟ੍ਰੇਨ ਹੈ, ਤੁਹਾਨੂੰ ਨਾਮ ਪੁੱਛਿਆ ਜਾ ਸਕਦਾ ਫਿਰ ਇਹਦਾ। LIC ਨੇ SBI ਕਾਰਡਸ ਅਤੇ ਪੇਮੈਂਟ ਸਰਵਿਸ ਲਿਮਿਟਡ ਵਿੱਚ ਜਿਹੜਾ ਆਪਣਾ ਹਿੱਸਾ ਹੈ 4.99% ਤੋਂ 5.02% ਕਰ ਦਿੱਤਾ ਹੈ, ਵਧਾ ਤਾ ਉਹਨਾਂ ਨੇ ਆਪਣਾ ਹਿੱਸਾ। ਰਾਜਸਥਾਨ ਮੁੱਖਿਆ ਮੰਤਰੀ ਵਿਸ਼ਵਕਰਮਾ ਪੈਨਸ਼ਨ ਯੋਜਨਾ 2024 60 ਜਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਮਜ਼ਦੂਰ ਅਤੇ ਰੇਹੜੀ ਫੜੀ ਵਾਲਿਆਂ ਲਈ ਰਾਜਸਥਾਨ ਸਰਕਾਰ ਦੀ ਇਹ ਸਕੀਮ ਹੈ। ਅਗਲਾ ਹੈਗਾ AHIDF ਸਕੀਮ, ਇਹਦਾ ਮਤਲਬ ਕੀ ਹੈ? ਐਨੀਮਲ ਹਸਬੈਂਡਰੀ ਇਨਫਰਾਸਟ੍ਰਕਚਰ ਡਿਵਲਪਮੈਂਟ ਫੰਡ, ਇਹ ਕਿਹਨੇ ਲਾਂਚ ਕੀਤੀ ਹੈ? ਬਾਈ ਯੂਨੀਅਨ ਮਿਨਿਸਟਰ ਸ਼੍ਰੀ ਪਰਸ਼ੋਤਮ ਰੁਪਾਲਾ। NMBA ਦੀ ਫੁੱਲ ਫਾਰਮ ਕੀ ਹੈ? ਨਸ਼ਾ ਮੁਕਤ ਭਾਰਤ ਅਭਿਆਨ। ਅਗਲਾ ਹੈਗਾ ਵਿਸ਼ਿਸ਼ਟ ਸੇਵਾ ਮੈਡਲ 2024 ਕਿਹਨੂੰ ਮਿਲਿਆ ਹੈ? ਹਵਲਦਾਰ ਵਰਿੰਦਰ ਸਿੰਘ। ਕਾਹਦੇ ਲਈ ਮਿਲਿਆ ਹੈ? ਇਹ ਮਿਲਿਆ ਹੈ ਮਲਟੀਪਰਪੋਜ ਓਕਟੋਕੋਪ ਕੈਪਟਰ ਇਹਨਾਂ ਨੇ ਬਣਾਇਆ ਇੱਕ, ਜਿਹੜਾ ਕਿ 150 ਕਿਲੋਮੀਟਰ ਦੇ ਏਰੀਏ ਤੱਕ ਕਵਰ ਕਰੂਗਾ। ਅਗਲਾ ਹੈਗਾ ਹੈਮਰ ਥਰੋਅਰ ਰਚਨਾ ਕੁਮਾਰੀ। ਰਚਨਾ ਕੁਮਾਰੀ ਹੈਮਰ ਥਰੋਅਰ ਹੈ, ਪਿੱਛੇ ਜੇ ਵੀ ਇੱਕ ਕੁਐਸਚਨ ਆਪਾਂ ਕਰਿਆ ਸੀਗਾ ਜਿਸ ਡੋਪਿੰਗ ਦੇ ਕਾਰਨ ਪਾਬੰਦੀ ਲਾਈ ਸੀਗੀ, ਇਹ ਰਚਨਾ ਕੁਮਾਰੀ ਡੋਪ ਟੈਸਟ ਦੇ ਵਿੱਚ ਫੇਲ ਹੋਈ ਹੈ ਅਤੇ 12 ਸਾਲ ਦੀ ਪਾਬੰਦੀ ਲਗਾਈ ਗਈ ਹੈ। ਨਾਡਾ ਦੇ ਦੁਆਰਾ ਟੈਸਟ ਹੁੰਦਾ ਇਹ, ਇੱਕ ਨਾਡਾ ਹੁੰਦੀ ਹੈ ਇੱਕ ਵਾਡਾ ਹੁੰਦੀ ਹੈ, ਦੋਨਾਂ ਬਾਰੇ ਡਿਫਰੈਂਸ ਕਮੈਂਟ 'ਚ ਦੱਸਿਓ। ਭਾਰਤ ਦੀ ਪਹਿਲੀ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸਰਵਿਸ, ਆਹ ਜਿਹੜਾ ਆਪਾਂ 150 ਕਿਲੋਮੀਟਰ ਏਰੀਆ ਲਿਖਿਆ ਇਹ ਇਹਦਾ ਰੋਂਗ ਹੈ, ਇਹਦਾ ਨਹੀਂ ਹੈਗਾ, ਇਹ ਇਹਦਾ ਹੈ 150 ਕਿਲੋਮੀਟਰ ਏਰੀਆ। ਭਾਰਤ ਦੀ ਪਹਿਲੀ ਹੈਲੀਕਾਪਟਰ ਐਮਰਜੈਂਸੀ ਸਰਵਿਸ HEMS ਕਿੱਥੇ ਸ਼ੁਰੂ ਹੋਈ ਹੈ? ਉੱਤਰਾਖੰਡ ਦੇ ਵਿੱਚ। ਇਹ 150 ਕਿਲੋਮੀਟਰ ਦੇ ਏਰੀਏ ਤੱਕ ਕਵਰ ਕਰੂਗੀ, ਇਹ ਐਮਰਜੈਂਸੀ ਸਰਵਿਸਿਜ਼ ਪ੍ਰੋਵਾਈਡ ਕਰੂਗੀ। ਅਗਲਾ ਹੈਗਾ ਸੰਗਮ ਡਿਜੀਟਲ ਟਵਿਨ, ਕਿਹਨੇ ਲਾਂਚ ਕੀਤਾ ਹੈ? ਡੋਟ ਨੇ। ਡੋਟ ਕੀ ਹੈ? ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ। ਅਗਲਾ ਹੈਗਾ ਕਰੌਲੀ, ਰਾਜਸਥਾਨ ਦੇ ਵਿੱਚ ਆਇਰਨ ਮਤਲਬ ਲੋਹਾ ਔਰ ਮਤਲਬ ਧਾਤ ਕੱਚੀ ਕੱਚੇ ਲੋਹੇ ਦੀ ਉੱਥੇ ਉਹ ਮਿਲੀ ਹੈ, ਖਾਣ ਮਿਲੀ ਹੈ ਲਾ ਲਓ। ਅਗਲਾ ਹੈਗਾ ਨੰਦ ਕਿਸ਼ੋਰ ਯਾਦਵ, ਇਹ ਕੌਣ ਨੇ? ਸਪੀਕਰ ਨੇ ਬਿਹਾਰ ਅਸੈਂਬਲੀ ਦੇ ਨਵੇਂ। ਅਗਲਾ ਹੈਗਾ ਸੁਫਾਲਮ, ਇਹ ਕਾਹਦੇ ਵਾਸਤੇ ਆ? ਫੋਰ ਫੂਡ ਐਂਟਰਪਨਿਓਰਸ ਬਾਏ ਫੂਡ ਪ੍ਰੋਸੈਸਿੰਗ ਮਿਨਿਸਟਰ ਪਸ਼ੂਪਤੀ ਕੁਮਾਰ, ਉਹਨਾਂ ਦੇ ਦੁਆਰਾ ਇਹ ਜਿਹੜੀ ਸਕੀਮ ਹੈ ਲਾਂਚ ਕੀਤੀ ਗਈ ਹੈ, ਕਾਹਦੇ ਲਈ ਹੈ? ਫੂਡ ਐਂਟਰਪਨਿਓਰਸ ਜਿਹੜੇ ਨੇ ਉਹਨਾਂ ਵਾਸਤੇ। ਅਗਲਾ ਹੈਗਾ UP ਸਰਕਾਰ ਨੇ ਕੰਨਿਆ ਸੁਮੰਗਲ ਯੋਜਨਾ ਦੀ ਜਿਹੜੀ ਗ੍ਰਾਂਟ ਹੈ 15,000 ਤੋਂ 20,000 ਕਰ ਦਿੱਤੀ 25,000 ਕਰ ਦਿੱਤੀ ਹੈ, ਇਹ ਵੀ ਪੁੱਛਿਆ ਜਾ ਸਕਦਾ, ਕਿੰਨੀ ਵਧਾਈ। ਵਨ ਮਿੱਤਰਾ ਸਕੀਮ ਜਿਹੜੀ ਹੈ ਹਰਿਆਣਾ ਸਰਕਾਰ ਦੇ ਦੁਆਰਾ ਹਰਿਆਲੀ ਵਧਾਉਣ ਦੇ ਲਈ ਚਲਾਈ ਗਈ ਹੈ। ਨੈਸ਼ਨਲ ਇਹ ਬਹੁਤ ਇੰਪੋਰਟੈਂਟ ਹੈ, ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚੋਂ ਇੰਦਰਾ ਗਾਂਧੀ ਅਤੇ ਨਰਗਿਸ ਦੱਤ ਅਵਾਰਡਸ
ਖਤਮ ਕਰ ਦਿੱਤੇ ਨੇ। ਇਹ ਧਿਆਨ ਰੱਖਿਓ, ਅੱਗੇ ਦੋ ਅਵਾਰਡ ਦਿੱਤੇ ਜਾਂਦੇ ਸੀ, ਇੰਦਰਾ ਗਾਂਧੀ ਅਵਾਰਡ ਅਤੇ ਨਰਗਿਸ ਦੱਤ ਅਵਾਰਡ। ਨਰਗਿਸ ਦੱਤ ਅਵਾਰਡ ਬਾਰੇ ਤੁਸੀਂ ਦੱਸਣਾ ਵੀ ਕੀ ਨਾਮ ਅਤੇ ਕਿਹੜੇ ਨਾਮ 'ਤੇ ਦਿੱਤਾ ਜਾਂਦਾ ਸੀਗਾ। ਇਹ ਦੋਨੋਂ ਖਤਮ ਕਰਤੇ। ਹੁਣ ਪਹਿਲਾਂ ਸੀਗਾ ਇੰਦਰਾ ਗਾਂਧੀ ਅਵਾਰਡ ਫਾਰ ਬੈਸਟ ਡੈਬਿਊ ਫਿਲਮ, ਉਹ ਬਦਲ ਕੇ ਹੁਣ ਬਣ ਗਿਆ ਬੈਸਟ ਡੈਬਿਊ ਫਿਲਮ ਆਫ ਅ ਡਾਇਰੈਕਟਰ। ਇਹ ਨਾਮ ਬਣ ਗਿਆ, ਚੇਂਜ ਕਰ ਦਿੱਤੇ ਨੇ, ਧਿਆਨ ਰੱਖਿਓ। ਬੈਸਟ ਟੈਕਨੋਲੋਜੀ ਬੈਂਕ ਆਫ ਦਾ ਈਅਰ, ਬੈਸਟ ਟੈਕਨੋਲੋਜੀ ਬੈਂਕ ਆਫ ਦਾ ਈਅਰ ਅਵਾਰਡ ਕਿਹਨੂੰ ਮਿਲਿਆ? ਸਾਊਥ ਇੰਡੀਅਨ ਬੈਂਕ ਨੂੰ। ਅਗਲਾ ਹੈਗਾ 100 ਸਾਲ ਦੇ ਤੰਗੀ ਆਸਕਰ ਨੇ ਡਾਈਵਿੰਗ ਵਰਲਡ ਚੈਂਪੀਅਨਸ਼ਿਪ ਜਿਹੜੀ ਕਿ ਦੋਹਾ ਵਿੱਚ ਹੋਈ ਉਹ 'ਚ ਭਾਗ ਲਿਆ। ਨਾਮ ਪੁੱਛਿਆ ਜਾ ਸਕਦਾ। ਇੰਡੀਆ ਦੀ ਫੁੱਟਬਾਲ ਫੀਫਾ ਦੇ ਵਿੱਚ 117ਵੀਂ ਰੈਂਕ ਹੈ ਹੁਣ ਭਾਰਤ ਦੀ। ਅਗਲਾ ਹੈਗਾ ਸਾਊਂਡ ਬੇਸਡ ਐਂਟੀ ਡਰੋਨ ਸਿਸਟਮ ਕਿਹਨੇ ਲਾਂਚ ਕੀਤਾ ਹੈ? IIT ਜੰਮੂ। ਅਗਲਾ ਹੈਗਾ ਜੋਤੇਸ਼ਵਰ ਅਨੁਭਵ ਕੇਂਦਰ, ਇਹ ਮਿਊਜ਼ੀਅਮ ਕਿੱਥੇ ਬਣਿਆ ਹੈ? ਰਵੇੜੀ ਜਿਹੜਾ ਕਿ ਇੱਥੇ ਹੈ ਹਰਿਆਣੇ ਦੇ ਵਿੱਚ। ਮਹਾਰਾਸ਼ਟਰ ਮਹਾਭਾਰਤ ਦੇ ਨਾਲ ਸੰਬੰਧਿਤ ਜੋ ਵੀ ਪੁਰਾਣੀਆਂ ਕਹਾਣੀਆਂ ਜਾਂ ਜੋ ਵੀ ਉਹਨਾਂ ਦੇ ਸ਼ਸਤਰ ਨੇ ਉਹਨਾਂ ਦੇ ਆਧਾਰ 'ਤੇ ਇਹ ਮਿਊਜ਼ੀਅਮ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਦਾ ਉਦਘਾਟਨ ਕੀਤਾ ਹੈ। ਅਗਲਾ ਹੈਗਾ 125 ਮੀਟਰ ਉੱਚੀ ਬੀਰ ਲਾਚਿਤ ਬੋਰ ਫੁਕਨ, ਇਹਨਾਂ ਦੀ ਇੱਕ ਸਟੈਚੂ ਬਣਾਇਆ ਗਿਆ ਅਸਾਮ ਦੇ ਵਿੱਚ, ਇਹਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ। ਅਗਲਾ ਹੈਗਾ ਗ੍ਰੀਸ ਨੇ ਸੇਮ ਸੈਕਸ ਮੈਰਿਜ ਜਿਹੜੀ ਆ ਉਹਨੂੰ ਕਾਨੂੰਨੀ ਤੌਰ 'ਤੇ ਲੀਗਲਾਈਜ਼ ਕਰ ਦਿੱਤਾ ਹੈ, ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਅਗਲਾ ਹੈਗਾ ਬਰਾਚੀ ਸ਼੍ਰੀ ਸ਼ੰਕਰਾ ਕੈਂਸਰ ਸੈਂਟਰ ਕਿੱਥੇ ਹੈ? ਭੁਵਨੇਸ਼ਵਰ। ਅਗਲਾ ਹੈਗਾ ਇੰਡੀਆਜ਼ ਮੋਸਟ ਵੈਲਕਮਿੰਗ ਰੀਜਨ 2024 ਦੇ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਟੂਰਿਸਟ ਨੂੰ ਖਿੱਚਿਆ ਉਹ ਏਰੀਆ ਕਿਹੜਾ ਹੈ? ਹਿਮਾਚਲ ਪ੍ਰਦੇਸ਼। ਨੈਕਸਟ ਹੈਗਾ ਮਿਲਾਨ ਨੇਵਲ ਐਕਸਰਸਾਈਜ਼ ਹੈ ਇੱਕ, ਜਿਹਦਾ ਕਿ 12ਵਾਂ ਐਡੀਸ਼ਨ ਹੈ। ਕਈ ਗੱਲਾਂ ਨੇ ਇਹਦੇ ਬਾਰੇ, ਇੱਕ ਤਾਂ ਇਹਦਾ 12ਵਾਂ ਐਡੀਸ਼ਨ ਹੈ, ਇਹ 2 ਸਾਲ ਦੇ ਵਿੱਚ ਇੱਕ ਵਾਰ ਹੁੰਦੀ ਹੈ। ਇਸ ਵਾਰ ਇਹ ਵਿਸ਼ਾਖਾਪਟਨਮ ਦੇ ਵਿੱਚ ਹੋ ਰਹੀ ਹੈ। 50 ਕੰਟਰੀਆਂ ਨੂੰ ਇਹਦੇ ਵਿੱਚ ਹਿੱਸਾ ਲੈਣ ਦੇ ਲਈ ਬੁਲਾਇਆ ਗਿਆ ਹੈ। ਇਹ ਹੈ ਕੀ ਹੈ? ਮਿਲਾਨ ਹੁੰਦੀ ਕੀ ਹੈ? ਮਲਟੀਲੇਟਰਲ ਨੇਵਲ ਐਕਸਰਸਾਈਜ਼, ਠੀਕ ਹੈ ਜੀ। ਵਿਸ਼ਾਖਾਪਟਨਮ ਦੇ ਵਿੱਚ ਨੇਵੀ ਦੀ ਕਿਹੜੀ ਕਮਾਂਡ ਹੈ? ਈਸਟਰਨ ਨੇਵਲ ਕਮਾਂਡ। 19-27 ਫਰਵਰੀ ਦੇ ਵਿਚਕਾਰ ਇਹ ਹੋਣੀ ਹੈ। ਇਹਦਾ ਥੀਮ ਕੀ ਹੈ? ਫਾਰਜ਼ਿੰਗ ਨੇਵਲ ਅਲਾਇੰਸਿਸ ਫੋਰ ਆ ਸਿਕਿਓਰ ਮੈਰੀ ਟਾਈਮ ਫਿਊਚਰ, ਇਹਦਾ ਥੀਮ ਹੈ। ਇਹ ਪੁੱਛਿਆ ਜਾ ਸਕਦਾ ਕੁਛ ਵੀ। ਅਗਲਾ ਹੈਗਾ ਅੰਮ੍ਰਿਤ ਬਾਲ, ਇਹ ਕੀ ਹੈ? ਫੋਰ ਚਿਲਡਰਨਸ ਬਾਏ LIC ਦੇ ਦੁਆਰਾ ਇਹ ਸਕੀਮ ਲਾਂਚ ਕੀਤੀ ਗਈ ਹੈ। ਕੋਚੀਨ ਦਾ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਹੁਣ ਦੁਨੀਆ ਦਾ ਪਹਿਲਾ ਸੋਲਰ ਊਰਜਾ ਨਾਲ ਚੱਲਣ ਵਾਲਾ ਏਅਰਪੋਰਟ ਬਣ ਗਿਆ ਹੈ। ICC ਨੇ ਬੈਨ ਕਰ ਦਿੱਤਾ ਹੈ UK ਦੇ ਕ੍ਰਿਕਟਰ ਰਿਜ਼ਵਾਨ ਜਾਵੇਦ ਨੂੰ 17.5 ਸਾਲ ਦੇ ਲਈ ਫਿਕਸਿੰਗ ਦੇ ਲਈ। ਅਗਲਾ ਹੈਗਾ ਇੰਡੀਆ ਅਤੇ ਕੋਲੰਬੀਆ ਨੇ MOU ਸਾਈਨ ਕੀਤਾ ਹੈ, ਕਾਹਦੇ ਲਈ? ਕੋਆਪਰੇਸ਼ਨ ਡਿਜੀਟਲ ਕੋਆਪਰੇਸ਼ਨ ਦੇ ਲਈ ਇੱਕ MOU ਸਾਈਨ ਕੀਤਾ ਹੈ। ਅਗਲਾ ਹੈਗਾ SBI ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ
ਸੁਰੱਖਿਆ ਬੀਮਾ ਯੋਜਨਾ ਲਈ ਡਿਜੀਟਲ ਇਨਰੋਲਮੈਂਟ ਲਾਂਚ ਕੀਤੀ ਹੈ, ਇਹ ਯਾਦ ਰੱਖਿਓ। ਅਗਲਾ ਹੈਗਾ 58ਵੇਂ ਗਿਆਨਪੀਠ ਅਵਾਰਡ, ਇਹਦੇ ਬਾਰੇ ਜੋ ਮੈਂ ਲਿਖਿਆ ਹੁਣ ਮੈਂ ਪੜ੍ਹ ਕੇ ਸੁਣਾ ਰਿਹਾ। 58ਵੇਂ ਗਿਆਨਪੀਠ ਪੁਰਸਕਾਰ 2023 ਸੰਨ ਦੇ ਲਈ ਕਿਹਨੂੰ ਕਿਹਨੂੰ ਮਿਲੇ? ਸਭ ਤੋਂ ਪਹਿਲਾਂ ਮਿਲੇ ਨੇ ਜਗਤ ਗੁਰੂ ਸਵਾਮੀ ਰਾਮ ਭਦਰਾਚਾਰਿਆ ਨੂੰ। ਕਾਹਦੇ ਲਈ ਮਿਲਿਆ? ਸੰਸਕ੍ਰਿਤ ਦੇ ਲਈ। ਜਿਹੜੇ ਸਵਾਮੀ ਰਾਮ ਭਦਰਾਚਾਰਿਆ ਨੇ 22 ਭਾਸ਼ਾਵਾਂ ਜਾਣਦੇ ਨੇ, ਠੀਕ ਹੈ ਜੀ। ਇਸ ਤੋਂ ਅੱਗੇ ਜਿਹੜੇ ਗੁਲਜ਼ਾਰ ਜੀ ਨੇ, ਗੁਲਜ਼ਾਰ, ਉਹਨਾਂ ਨੂੰ ਉਰਦੂ ਦੇ ਲਈ ਮਿਲਿਆ ਹੈ। ਗੁਲਜ਼ਾਰ ਦਾ ਪੂਰਾ ਨਾਮ ਕੀ ਹੈ? ਗੁਲਜ਼ਾਰ ਜੀ ਦਾ ਸੰਪੂਰਨ ਸਿੰਘ ਕਾਲਰਾ। ਇਸ ਤੋਂ ਬਾਅਦ ਜੇ ਗੱਲ ਕਰੀਏ, ਹੁਣ ਤੱਕ ਸਿਰਫ ਦੋ ਪਰਸਨਸ ਨੂੰ ਹੀ ਜਿਹੜਾ ਗਿਆਨਪੀਠ ਪੁਰਸਕਾਰ ਮਿਲਿਆ ਹੈ। ਕਾਹਦੇ ਲਈ? ਸੰਸਕ੍ਰਿਤ ਦੇ ਲਈ। ਪਹਿਲੇ ਸੀਗੇ ਪੋਇਟ ਸੱਤਿਆਵਰਤ ਸ਼ਾਸਤਰੀ ਜੀ, ਦੂਜੇ ਇਹ ਨੇ ਸਵਾਮੀ ਰਾਮ ਭਦਰਾਚਾਰਿਆ ਜੀ, ਠੀਕ ਹੈ। ਗਿਆਨਪੀਠ ਪੁਰਸਕਾਰ ਮਿਲਦਾ ਕਾਹਦੇ ਲਈ ਹੈ? ਭਾਰਤ ਦੇ ਵਿੱਚ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਲਈ ਉਹਨਾਂ ਪਰਸਨਸ ਨੂੰ ਮਿਲਦਾ ਹੈ, ਠੀਕ ਹੈ ਜੀ। 57ਵਾਂ ਗਿਆਨਪੀਠ ਪੁਰਸਕਾਰ ਕਿਹਨੂੰ ਮਿਲਿਆ ਸੀ? 58ਵਾਂ ਤੁਹਾਨੂੰ ਪਤਾ ਲੱਗ ਗਿਆ, ਦੋ ਪਰਸਨਸ ਨੂੰ ਮਿਲਿਆ ਹੈ। 57ਵਾਂ ਮਿਲਿਆ ਸੀ ਦਮੋਦਰ ਮਾਈਜ਼ੋ ਨੂੰ। 1965 ਦੇ ਵਿੱਚ 11 ਲੱਖ ਦੀ ਕੈਸ਼ ਪ੍ਰਾਈਜ਼ ਦਿੱਤੀ ਜਾਂਦੀ ਹੈ, ਨਾਲ ਵਾਘ ਦੇਵੀ ਦੀ ਮੂਰਤੀ ਦਿੱਤੀ ਜਾਂਦੀ, ਸਟੈਚੂ ਦਿੱਤਾ ਜਾਂਦਾ। ਵਾਘ ਦੇਵੀ ਕਿਹਨੂੰ ਕਹਿੰਦੇ ਨੇ? ਸਰਸਵਤੀ ਦੇਵੀ ਨੂੰ। ਸਿਲੈਕਸ਼ਨ ਕਮੇਟੀ ਦਾ ਹੈੱਡ ਕੌਣ ਹੈ? ਉੜੀਆ ਰਾਈਟਰ ਪ੍ਰਤਿਭਾ ਰਾਏ, ਠੀਕ ਹੈ ਜੀ। ਨੈਕਸਟ ਹੈ, ਇਸਰੋ ਨੇ ਮੌਸਮ ਸੰਬੰਧੀ ਸੈਟੇਲਾਈਟ ਲਾਂਚ ਕੀਤੀ ਹੈ, ਜਿਹਦਾ ਨਾਮ ਹੈ ਇਨਸੈਟ 3DS। ਸ਼੍ਰੀ ਹਰੀਕੋਟਾ ਤੋਂ ਇਹਨੂੰ ਲੈ ਕੇ ਕੌਣ ਗਿਆ ਹੈ? ਨਾਲ ਵਹੀਕਲ ਕਿਹੜਾ ਹੈ? GSLV F-14। GSLV ਨੂੰ ਨੋਟੀ ਬੁਆਏ ਆਫ ਇੰਡੀਅਨ ਸਪੇਸ ਵੀ ਕਿਹਾ ਜਾਂਦਾ ਹੈ। ਅਤੇ ਲਾਸਟ ਕੁਐਸਚਨਸ ਨੇ ਆਪਣੇ ਦੋ, ਕੁਆਦ ਬਿੱਲ ਜਿਹੜਾ ਹੈ, ਇਹਦੇ ਲਈ ਕੁਆਦ 4 ਕੰਟਰੀਜ਼ ਇਹਦੇ ਵਿੱਚ ਸ਼ਾਮਲ ਨੇ, US, ਆਸਟ੍ਰੇਲੀਆ, ਇੰਡੀਆ, ਜਪਾਨ। ਇੱਕ ਲਾਂਚ ਕੀਤਾ ਗਿਆ, ਕਿਉਂ ਲਾਂਚ ਕੀਤਾ? ਹੋਰ ਵੀ ਜ਼ਿਆਦਾ ਪਾਵਰਫੁੱਲ ਹੋਣ ਦੇ ਲਈ। ਇਹ ਹਾਊਸ, US ਹਾਊਸ ਦੇ ਵਿੱਚ ਇਹ ਲਾਂਚ ਕੀਤਾ ਗਿਆ ਹੈ, ਇਹ ਧਿਆਨ ਰੱਖਿਓ। ਅਗਲਾ ਹੈਗਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ। ਪਹਿਲੀ ਗੱਲ ਤਾਂ ਇੱਥੇ ਦੋ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਇੰਗਲਿਸ਼ ਅਤੇ ਫਰੈਂਚ। ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, UN, ਯੂਨਾਈਟਿਡ ਨੇਸ਼ਨ ਦੇ 6 ਪ੍ਰਿੰਸੀਪਲਾਂ ਦੇ ਵਿੱਚ ਔਰਗਨਸ ਦੇ ਵਿੱਚੋਂ ਇੱਕ ਹੈ। ਇਹਦੇ ਨਵੇਂ ਪ੍ਰੈਜੀਡੈਂਟ ਕੌਣ ਨੇ? ਲੈਬਲਾਂ ਤੋਂ ਨੇ ਨਵਾਬ ਸਲਾਮ ਇਹਦੇ ਨਵੇਂ ਪ੍ਰੈਜੀਡੈਂਟ ਨੇ। ਇਹਦਾ ਹੈੱਡਕੁਆਟਰ ਕਿੱਥੇ ਹੈ? ਦਾ ਹੋਆ ਨੀਦਰਲੈਂਡਸ ਦੇ ਵਿੱਚ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਾਹਦੇ ਲਈ ਬਣੀ ਹੋਈ ਹੈ? ਲੀਗਲ ਝਗੜੇ ਜਿਹੜੇ ਦੇਸ਼ਾਂ ਦੇ ਆਪਸ ਵਿੱਚ ਹੁੰਦੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ। 15 ਜੱਜ ਹੁੰਦੇ ਨੇ, 9 ਸਾਲਾਂ ਲਈ ਬਣਾਏ ਜਾਂਦੇ ਨੇ, ਹਰੇਕ 3 ਸਾਲ ਦੇ ਵਿੱਚ 1/3 ਜੱਜ ਚੇਂਜ ਹੋ ਜਾਂਦੇ ਨੇ। ਇੰਡੀਆ ਤੋਂ ਉੱਥੇ ਇੱਕ ਜੱਜ ਨੇ, ਦਲਵੀਰ ਭੰਡਾਰੀ, ਠੀਕ ਹੈ ਜੀ। ਇਹ ਸੀਗੀ ਸਾਰੀ ਇਨਫੋਰਮੇਸ਼ਨ, ਵਧੀਆ ਲੱਗੇ ਤਾਂ ਸ਼ੇਅਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਹਰ ਇੱਕ ਬੱਚੇ ਤੱਕ ਪਹੁੰਚੇ। ਬਾਕੀ ਕੱਲ੍ਹ ਇਹਦੇ ਕੁਐਸਚਨਸ ਵੀ ਲੈ ਕੇ ਆਵਾਂਗੇ, ਸ਼ੇਅਰ ਜ਼ਰੂਰ ਕਰਿਓ। ਧੰਨਵਾਦ।